ਤੇ ਬੇਸਾਂ ਆਪਣੇ 6 ਜਾਂ 8 ਲੱਗ ਜਾਣ ਕਿਸੇ ਲੋਟ 8 ਇੰਚੀ ਸਪੀਕਰ ਲਾਉਣ ਲੱਗਿਆ ਜਦ ਤੱਕ ਆਵਾਜ਼ ਚੈੱਕ ਕਰੋ ਇਹ ਤੁਸੀਂ ਵੀ ਮਾਰਦਾ ਦੇਖੋ ਸਨਾਫਰ ਕਿੱਦਾਂ ਹਾਂਜੀ ਵੈਲਕਮ ਹੈ ਸਭ ਦਾ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ ਲਓ ਵੀ ਗੁੱਡ ਮਾਰਨਿੰਗ ਹੋ ਗਈ ਸਾਡੀ 12 ਵਜੇ ਅਤੇ ਹੁਣ ਆਪਾਂ ਆਏ ਸੀਗੇ ਹਾਈਟੈਕ ਵੀਰੇ ਕੋਲ ਗੇਅਰ 'ਚ ਖੜਾ ਦੀ ਕਿਹੜਾ ਹੁਣ ਆਪਾਂ ਆ ਗਏ ਹਾਈਟੈਕ ਵੀਰੇ ਕੋਲ ਤੁਹਾਨੂੰ ਪਤਾ ਹੀ ਆ ਹੁਣ ਨਵਾਂ ਸੱਪ ਕੱਢਣਾ ਕਹਿੰਦੇ ਹਾਈਟੈਕ ਕੋਲ ਪਹੁੰਚ ਗਏ ਤੜਕੇ ਤੜਕੇ ਤਾਂ ਤੜਕੇ ਤਾਂ ਨਹੀਂ ਦੁਪਹਿਰੇ ਹੁਣ ਆਪਾਂ ਪੇਟੀ ਦਾ ਸਾਈਜ਼ ਦੇਖਣਾ ਵੀ ਕਿੰਨੀ ਕਰਨੀ ਆ ਕਿੰਨੀ ਨਹੀਂ 6 ਬੇਸਾਂ ਲਾਈਏ ਕਿ 8 ਲਾਈਏ ਉਹ ਹਿਸਾਬ ਕਿਤਾਬ ਦੇਖਣਾ ਵੀ ਕਿੰਨੀਆਂ ਜਾਣ ਕਿਉਂਕਿ ਆਪਾਂ ਲੈਫਟ ਤੋਂ ਵੀ ਕੰਮ ਲੈਣਾ ਵਾ ਮਤਲਬ ਹਲ ਹੁਲ ਵੀ ਪਾਉਣੇ ਹੁੰਦੇ ਆ ਸਾਰਾ ਕੁਛ ਕੰਮ ਕੁੰਮ ਵੀ ਵਿੱਚ ਕਰਨਾ ਪੈ ਸਕਦਾ ਉਸ ਹਿਸਾਬ ਨਾਲ ਪੇਟੀ ਲਾਉਣੀ ਆ ਆਪਾਂ ਵੀ ਕੰਮ ਵੀ ਲਿਆ ਜਾਵੇ ਅਤੇ ਸਵਾਦ ਵੀ ਆਵੇ ਫੁੱਲ ਅਤੇ ਸੋਹਣਾ ਵੀ ਲੱਗੇ ਅੱਜ ਉਹ ਚੀਜ਼ਾਂ ਨੂੰ ਧਿਆਨ 'ਚ ਰੱਖ ਦਿਓ ਆਪਾਂ ਪੇਟੀ ਦਾ ਨਾਪਾ ਲੈਣਾ ਪਹੁੰਚ ਕੇ ਕਹਿੰਦੇ ਲੰਡਾ ਟਰੈਕਟਰ ਲੈ ਕੇ ਹੁਣ ਕਿਹਾ ਇੱਕ ਵਾਰ ਸ਼ਾਇਦ ਆਪਾਂ ਨੂੰ ਬੰਪਰ ਵੀ ਖੋਲ੍ਹਣਾ ਪਵੇ ਸ਼ਾਇਦ ਪੱਕਾ ਨਹੀਂ ਖੋਲ੍ਹਣਾ ਪੈ ਸਕਦਾ ਵਾ ਚੱਲਦੇ ਹਾਂ ਅੰਦਰ ਹੁਣ ਅਤੇ ਲੈਂਦੇ ਹਾਂ ਪੇਟੀ ਦਾ ਨਾਪ ਦੇਖਦੇ ਹਾਂ ਕੀ ਹਿਸਾਬ ਕਿਤਾਬ ਨਾਲ ਓਵਲ ਕਿੱਥੇ ਆਉਣਗੇ ਜਾਂ ਪੇਟੀ 'ਚ ਆਈ ਉਹ ਪੇਟੀ 'ਚ ਓਵਲ ਰੱਖੀਏ ਜਾਂ ਉਹਨਾਂ ਨੂੰ ਅਲੱਗ ਤੋਂ ਲਾਈਏ ਉਹ ਦੇਖਦੇ ਹਾਂ ਹੁਣ ਟਰੈਕਟਰ ਨੂੰ ਇੱਧਰ ਖੜਾ ਲੈਂਦੇ ਜਾਂ ਲਓ ਬਾਈ ਜੀ ਹੁਣ ਆਪਾਂ ਇਹਦਾ ਨਾਪਾ ਨੁਪਾ ਲੈਂਦੇ ਹਾਂ ਮੇਰੀ ਸੋਚਣੀ ਇਹ ਆ ਵੀ ਆਪਾਂ ਪੇਟੀ ਇੰਨੀ ਕੁ ਰੱਖੀਏ ਜਿੰਨੀ ਹੋਣ ਅਤੇ ਬੇਸਾਂ ਆਪਣੇ 6 ਜਾਂ 8 ਲੱਗ ਜਾਣ ਕਿਸੇ ਲੋਟ ਉਹ ਜਗਾੜਮੈਂਟ ਕਰਨਾ ਲਓ ਜੀ ਹੁਣ ਨਾਪਾ ਨੁਪਾ ਲੈਂਦੇ ਹਾਂ ਨਵਾਂ ਫੀਤਾ ਕੱਲ੍ਹ ਮਸਾਂ ਟੰਬੇ ਨੇ ਤਾਂ ਉਹਨੂੰ ਗਿਆ ਇਹ ਉਹ ਪੂਰਾ ਓਰੀਜਨਲ ਨਹੀਂ ਹੈਗਾ ਇਹ ਲਓ ਵੀ ਕਹਿੰਦੇ ਪੇਟੀ ਦਾ ਆਪਣਾ ਹੋ ਗਿਆ ਲਗਭਗ ਫਾਈਨਲ ਬਾਕੀ ਆਪਾਂ ਸ਼ਾਮ ਤੀਕਰ ਕਰ ਦੇਣਾ ਫਾਈਨਲ ਨਿੰਦੀ ਬਾਈ ਜੀ ਵੀ ਆਉਣਗੇ ਅਤੇ ਜਦ ਤੀਕਰ ਸਾਰਨ ਵਾਸਤੇ ਆਪਾਂ ਲਾਉਣ ਲੱਗੇ ਹਾਂ ਸਪੀਕਰ ਆਹਲੇ 9 ਇੰਚੀ ਵੀਰੇ 8 ਇੰਚੀ ਸਪੀਕਰ ਲਾਉਣ ਲੱਗੇ ਹਾਂ ਜਦ ਤੀਕਰ ਕਿਉਂਕਿ ਸਰਨਾ ਨਹੀਂਗਾ ਥੋੜ੍ਹਾ ਮੋਟਾ ਸੁਣਿਆ ਕਰਾਂਗੇ ਇਹਨਾਂ ਨੂੰ ਸ਼ਾਮ ਤੀਕਰ ਆਪਣੀ ਪੇਟੀ ਫਾਈਨਲ ਹੋ ਜੂ ਹਨਾ ਫਿਰ ਦਿੰਦੇ ਹਾਂ ਸਰਪ੍ਰਾਈਜ਼ ਕਿੰਨੀਆਂ ਬੇਸਾਂ ਨੇ ਹਲੇ ਸਾਡਾ ਕੁਛ ਨਹੀਂ ਪਤਾ ਗਾ ਲੈ ਵੀ ਕਹਿੰਦੇ ਆਹ ਸਪੀਕਰਾਂ ਦੀਆਂ ਨਾ ਤਾਰਾਂ ਲਈਆਂ ਹੋਈਆਂ ਸੀਗੀਆਂ ਇਹ ਆਪਾਂ ਹੁਣ ਨਵੀਆਂ ਲਾਉਣੀਆਂ ਮਤਲਬ ਜੋੜਨੀਆਂ ਹੀ ਨੇ ਇਹ ਜੋੜ ਕੇ ਅਤੇ ਫਿਰ ਆਪਾਂ ਜਦ ਤੀਕਰ ਇਹਦੇ ਨਾਲ ਸਾਰਾਂਗੇ 8 ਇੰਚ ਸਪੀਕਰ ਨਾਲ ਦੂਆ ਸਪੀਕਰ ਵੀ ਇੱਧਰ ਤਿਆਰ ਕਰਤਾ ਅਤੇ ਇੱਕ ਆਹ ਹੋ ਗਿਆ ਇਹਨੂੰ ਚਲਾਉਣ ਵਾਸਤੇ ਆਹ ਲੱਗੂ ਨਿੱਕਾ ਜਿਹਾ ਆਪਾਂ ਨਿੰਦੀ ਬਾਈ ਜੀ ਤੋਂ ਫਿੱਟ ਕਰਾਉਂਦੇ ਹਾਂ ਅਤੇ ਫਿਰ ਜਲਦੀ ਨਵਾਂ ਸੱਪ ਲੈ ਕੇ ਆਉਂਦੇ ਹਾਂ ਆਪਾਂ ਵੀ ਅਤੇ ਦੇਖਦੇ ਹਾਂ 6 ਜਾਂ 8 ਦੀ ਸਲਾਹ ਬਣ ਰਹੀ ਹੈ 4 ਨਹੀਂ ਲਾਉਂਦੇ 4 ਤੋਂ ਤਾਂ ਸ਼ਾਇਦ ਆਪਾਂ ਵੱਧ ਹੀ ਲਾਵਾਂਗੇ ਸੀਏ ਦੀਆਂ ਬੇਸਾਂ ਜਾਂ ਪੁਆਇੰਟਰ ਇਹ ਵੀ ਨਹੀਂ ਹਲੇ ਫਾਈਨਲ ਕੀਤਾ ਹੈਗਾ ਇੱਧਰ ਟਰੈਕਟਰ ਖੜ੍ਹਾ ਨਿੰਦੀ ਬਾਈ ਜੀ ਵੀ ਆਉਂਦੇ ਆ ਹਲੇ ਪੇਟੀ ਦੀ ਸਾਡੀ ਸਲਾਹ ਮਸ਼ਰਵਾ ਚੱਲਦਾ ਕਿਵੇਂ ਬਣਾਉਣੀ ਲਓ ਵੀ ਕਹਿੰਦੇ ਸਪੀਕਰ ਹੋ ਗਿਆ ਆਪਣੇ ਰੈਡੀ ਇਹੋ ਜਿਹਾ ਹੁਣ ਆਪਾਂ 25-30 ਲਾ ਦੇਣੇ ਆ ਟਰੈਕਟਰ ਤੇ ਠੀਕ ਆ ਹੁਣ ਆਪਾਂ ਬੇਸਾਂ ਹੀ ਲਾਉਣੀ ਆਹੀ ਸਪੀਕਰ ਹੀ ਲਾਉਣੇ ਆ 25-30 ਕਿਵੇਂ ਨਿੰਦੀ ਬਾਈ ਜੀ ਪਹੁੰਚ ਗਏ ਹੁਣ ਪੇਟੀ ਦਾ ਨਾਪਾ ਲੈ ਰਹੇ ਆ ਕਿੰਨੇ ਚ ਬਣਾਈਏ ਟੋਟਲ ਥੱਲੇ ਦੇਖਿਆ ਨੀ ਕਹਿੰਦਾ ਵੱਡੀਆਂ ਬੇਸਾਂ ਲਾਉਣ ਲੱਗੇ ਆ ਆਏ ਫਿੱਟ ਕਰ ਦੇਣੀ ਆ ਕੋਰੇ ਇੱਕ ਕੋਰੇ ਤੇ ਜਿਹਨੇ ਚਲਾਉਣਾ ਉਹ ਇੱਥੇ ਰੱਖ ਦਾਂਗੇ ਮਾੜੀ ਬੈਲਡ ਕਰਕੇ ਆਪਾਂ 30 ਲਾ ਕੇ ਸਟੈਂਡ ਜਿਹਾ ਬਣਾ ਦਾਂਗੇ ਨਿਕਾ ਆ ਹਨਾ ਨਿੰਦੀ ਬਾਈ ਜੀ ਵੀ ਆਪਣੇ ਕੋਲ ਪਹੁੰਚ ਗਏ ਬਾਕੀ ਆਪਣਾ ਪੇਟੀ ਦਾ ਮਿੱਤਰ ਹੋ ਗਿਆ ਫਾਈਨਲ ਹੁਣ ਕਰਾਵਾਂਗੇ ਸਰਾ ਪੇਟੀ ਆਪਾਂ ਫਾਈਨਲ ਕਰਕੇ ਆਰਡਰ ਦੇ ਦਿੱਤਾ ਹੁਣ ਬਣ ਕੇ ਆ ਜਾਣੀ ਆ
ਇੱਧਰ ਬਾਈ ਜੀਆਂ ਨੂੰ ਇਹਦੀ ਵਾਇਰਿੰਗ ਕਰਦੇ ਆ ਅਤੇ ਆਪਾਂ ਸਪੀਕਰ ਨਿੰਦੀ ਬਾਈ ਜੀ ਤੋਂ ਕਸਾ ਕੇ ਲੈ ਕੇ ਆਉਂਦੇ ਹਾਂ। ਜਦ ਤੱਕ ਆਪਾਂ ਟਾਈਮ ਟਪਾਉਣ ਨੂੰ ਇਹ ਲਾ ਲੈਂਦੇ ਹਾਂ, ਟਾਈਮ ਟੱਪ ਜੂ ਇਹਨਾਂ ਨਾਲ ਵਧੀਆ। ਨਹੀਂ ਨਹੀਂ ਕਿਵੇਂ ਆਏ ਨਹੀਂ ਸੋਹਣੇ ਲੱਗਣੇ, ਉਵੇਂ ਸੋਹਣੇ ਲੱਗਣਗੇ ਵਿਚਾਲੇ। ਅਤੇ ਨਾਲੇ ਅੱਜ ਬਣਾਉਂਦੇ ਹਾਂ ਰੀਲਾਂ, ਇੱਕ ਆਪਾਂ ਇਹਦਾ ਤਾਰਾਂ ਦਾ ਝੰਝਟ ਜਿਹੜਾ ਲਾਉਣਾ ਵਾ, ਜਿਹੜੀਆਂ ਵਾਧੂ ਘਾਟੂ ਤਾਰਾਂ ਉਹ ਲਾਵਾਂਗੇ। ਅਤੇ ਹੁਣ ਆਪਣੀ ਆਹ ਜਗ੍ਹਾ ਹੋ ਗਈ ਖਾਲੀ, ਇੱਧਰੋਂ ਹੁਣ ਆਪਾਂ ਇੱਧਰੋਂ ਸੁੱਚਾ ਚੱਕ ਕੇ ਇੱਧਰ ਫਿੱਟ ਕਰਵਾਉਣੀ ਆ, ਨਾਲੇ ਖੁੱਲ੍ਹੀ ਜਗ੍ਹਾ ਹੋਜੂ, ਵਾਇਰਿੰਗ ਸੌਖੀ ਹੋ ਜਾਇਆ ਕਰੂ। ਇੱਧਰ ਵਾਇਰਿੰਗ ਨਹੀਂ ਔਖੀ ਹੁੰਦੀ, ਜੇ ਕੋਈ ਨਵੀਂ ਸੁੱਚ ਵਗੈਰਾ ਲਾਉਣੀ ਪੈ ਜਾਵੇ ਇੱਧਰ ਔਖੀਆਂ ਨੇ, ਇੱਧਰ ਖੁੱਲ੍ਹਾ ਡੋਲਾ ਕੰਮ ਆ, ਇੱਧਰ ਲਵਾਵਾਂਗੇ। ਅਤੇ ਹੋਰ ਬਹੁਤ ਕੁਛ ਕਰਨਾ ਪੈਣਾ ਪੇਟੀ ਦੇ ਨਾਲ ਨਾਲ, ਸੀਟ ਦਾ ਵੀ ਕੋਈ ਹੱਲ ਕਰਨਾ ਪੈਣਾ। ਆਹ ਚੀਜ਼ ਆਪਾਂ ਖੋਲ੍ਹ ਦੇਣੀ ਆ, ਸੀਟ ਥੋੜ੍ਹੀ ਗਾਂਹ ਕਰਾਂਗੇ, ਅਤੇ ਮੈਂ ਅਤੇ ਅਕਸ਼ ਸੀਟ ਨਵੀਂ ਵੀ ਲਾਵਾਂਗੇ, ਉਹ ਦੇਖਦੇ ਹਾਂ ਕਿਹੜੀ ਲੈ ਕੇ ਆਉਂਦੇ ਹਾਂ, ਕੰਫਰਟੇਬਲ ਲੈ ਕੇ ਆਵਾਂਗੇ। ਸੀਟ 'ਤੇ ਆਪਣਾ ਘੱਟੋ ਘੱਟ 8-10 ਹਜ਼ਾਰ ਇੱਕ ਸੀਟ 'ਤੇ ਹੀ ਲੱਗ ਜਾਣਾ, ਇੰਨੀ ਮਹਿੰਗੀ ਸੀਟ ਆ ਉਹ ਪਤਾ ਕਰੀ ਆ, ਪੂਰੀ ਕੰਫਰਟੇਬਲ ਸੁੱਚਾਂ ਇੱਧਰ ਕਰ ਦਾਂਗੇ, ਬਾਕੀ ਸਾਰਾ ਓਕੇ ਆ। ਕਮੈਂਟ ਕਰਕੇ ਦੱਸ ਦਿਓ, ਨਾਲੇ ਆਪਾਂ ਬੰਪਰ 'ਤੇ ਵੀ ਥੋੜ੍ਹੀ ਜਿਹੀ ਲੈਦਰ ਵਾਲਾ ਕੰਮ ਕਰ ਦਿੰਦੇ, ਨਿੱਕਾ ਜਿਹਾ ਕੋਈ ਫੱਟਾ ਲਾ ਕੇ ਇੱਥੇ ਇੰਨੀ ਕੁ ਜਗ੍ਹਾ 'ਤੇ ਡਿਜ਼ਾਇਨ ਬਣਾ ਦਿੰਦੇ ਕੋਈ ਘੈਂਟ ਜਿਹਾ, ਇਹ ਵੀ ਆਪਾਂ ਨਾਲ ਦੀ ਨਾਲ ਕਰ ਦੇਣਾ ਸ਼ੁਰੂ ਬੰਪਰ ਦਾ ਵੀ। ਲਓ ਵੀ ਮਿੱਤਰੋ ਸਪੀਕਰ ਆਪਣੇ ਚੱਲ ਪਏ, ਬਾਈ ਤੋਂ ਬਾਅਦ ਆਪਾਂ ਨਿੰਦੀ ਬਾਈ ਜੀ ਦੇ ਜਾਣਾ, ਇੱਕ ਵਾਰ ਘਰੇ ਜਾ ਆਈਏ, ਪੈਰ ਦੀ ਕਹਿੰਦੇ ਰੋਟੀ ਖਾ ਆਈਏ, ਭੁੱਖ ਲੱਗੇ ਪਈ ਆ, ਮੁੜ ਕੇ ਆਪਾਂ ਨਿੰਦੀ ਬਾਈ ਜੀ ਕੋਲ ਜਾ ਕੇ ਫਿੱਟ ਕਰਾ ਕੇ ਵਾਇਰਿੰਗ ਕਰਾ ਲੈਣੀ ਆ, ਅਤੇ ਫਿਰ ਰਾਤ ਚਾਹ ਚੱਲਦੇ ਹੋ ਜਾਣਗੇ। ਉਹ ਬਾਈ ਅਸੀਂ ਰਾਜ ਨੂੰ ਵੀ ਆਪਾਂ ਨਾਲ ਹੀ ਲੈ ਆਏ, ਦੇਖੋ ਕੀ ਕਰਦਾ, ਕਹਿੰਦਾ ਮੈਂ ਨਾਲ ਹੀ ਜਾਣਾ, ਖੜੇ ਪੈ ਗਏ ਜੀ ਇਹਦਾ। ਕਿਵੇਂ ਆ ਫੈਨ ਜੀ ਦਾ, ਤੂੰ ਫੈਨ ਫੈਨ ਕੀ ਦਾ? ਡਰਾਈਵਰ ਦੇ ਮੈਂ ਗੋਲੀ ਮਾਰੂ, ਦੇਖਿਆ ਇੱਧਰ ਕਹਿੰਦੇ 475 DI ਵੀ ਤਿਆਰ ਹੋਣ ਨੂੰ ਆਇਆ ਹੋਇਆ, ਇਹਦੇ ਪਾਲ ਤੇ ਦੂਜੇ ਹਾਕੀ ਗੁੱਡੀ ਟਾਇਰ, ਇਹਨੂੰ ਪਰੇ ਕਰਕੇ ਹੁਣ ਆਪਣੇ ਨਾਲ ਲਾ ਲਈਏ, ਉਹਦੇ ਫਿਰ ਆਪਾਂ ਸਪੀਕਰ ਕਸਾ ਲਾਂਗੇ। ਲੈ ਵੀ ਅੱਜ ਆਹ ਵੀ ਚਲਾ ਕੇ ਦੇਖਦੇ ਹਾਂ, ਚਾਬੀ ਹੈਗੀ ਆ ਵਿੱਚ, ਆਹ ਰੇਤ ਬੜੀ ਰੇਤ ਫਸਦੀ ਹੈ ਇਹਦੀ, ਥੱਲੇ ਹੀ ਖੜ ਗਈ ਸੀ ਰੇਤ, ਚਾਬੀ ਕੱਢ ਲਾ, ਤੂੰ ਟੈਕਦਾ ਨਹੀਂ ਗਾ, ਟੈਕਦਾ ਨਹੀਂ ਤੂੰ, ਇਹ ਵੀ ਚਲਾਊ ਟਰੈਕਟਰ ਕਹਿੰਦੇ, ਹੋ ਲੈਣਾ ਤਾਂ ਥੋੜ੍ਹਾ ਜਿਹਾ ਵੱਡਾ। ਔਰ ਫਿਰ ਲਓ ਬਈ ਹੁਣ ਆਪਾਂ ਆਪਣੇ ਮਹਿੰਦਰੇ ਨੂੰ ਪਰੇ ਘਰ ਲੱਗੇ ਹਾਂ, ਓਏ ਕਿਉਂਕਿ ਉਹਦੇ ਡੈੱਕ ਲਾਉਣਾ ਵਾ, ਉਹ ਅੱਗੇ ਕਰਨਾ ਵਾ, ਹਾਂ ਉੱਧਰ ਉੱਧਰ ਦਾ ਟੋਬਰ ਵੀ ਭੈੜਾ ਪੂਰਾ, ਉਹ ਕਿਵੇਂ ਆ ਕੀ ਆ ਕੀ ਆ ਕੀ ਬਹਿਣ ਸਿੱਧੂ ਮੂਸੇਵਾਲੇ ਦਾ ਹੈਂ ਓਏ। ਲੈ ਵੀ ਕਹਿੰਦੇ ਹੁਣ ਰੈੱਡ ਹਾਰਸ ਦੀ ਹੈਗੀ ਆ ਵਾਰੀ, ਉਹਨੂੰ ਆਪਾਂ ਕਰਤਾ ਮਗਰ, ਬੱਲੇ ਤੇਰੇ ਗੇਅਰ ਕੱਢਿਆ ਨੀ, ਇੱਧਰ 475 DI ਕਹਿੰਦੇ ਮੋਡੀਫਾਈ ਹੋਣਾ ਵਾ, ਤੇ ਨਿੰਦੀ ਬਾਈ ਜੀ ਮਾੜਾ ਮਿਲਾ ਗਏ ਹੋਏ ਆ ਕਹਿੰਦੇ ਅੱਜ ਦੋ ਬੰਪਰ ਪੇਂਟ ਕਰਤੇ, ਲਿਆ ਇਹਨੂੰ ਗਾ, ਮੈਂ ਕਹਿੰਦਾ ਬੈਕ ਲਾ ਲਾ, ਆਈ ਲਾ ਦੇ ਚੱਲ ਕੋਈ ਨੀ, ਇੱਧਰ ਫੈਬਰ ਆ ਮੇਰੇ ਵੱਲ ਨੂੰ ਕਰਦੇ, ਮੇਰੇ ਵੱਲ ਨੂੰ ਕਰਦੇ, ਬਸ ਮਗਰ ਕਰ ਮਾੜਾ ਜਿਹਾ ਬੰਪਰ, ਇੱਧਰ ਆ ਨੇੜੇ ਆ ਜਾਣਾ,
ਬਸ ਬਹੁਤ ਔਰੇ ਲੋ ਵੀ ਕਹਿੰਦੇ ਹੁਣ ਸਵੇਰ ਦੇ ਆਹ ਫਿੱਟ ਕਰਨ ਲੱਗੇ ਹੋਏ ਆ, ਹੁਣ ਜਾ ਕੇ ਕਿਤੇ ਟਾਈਮ ਲੱਗਿਆ ਨਿੰਦੀ ਬਾਈ ਜੀ ਦਾ, ਬਸ ਹੁਣ ਨਟ ਨੁਟ ਜੇ ਪਾ ਕੇ ਇਹਨੂੰ ਕੱਸ ਕੇ ਚੱਲਦਾ ਕਰ ਲਈਏ ਯਾਰ। ਜਦੋਂ ਆਪਾਂ ਟਰੈਕਟਰ ਕਿਤੇ ਜੋਧਾ ਜਾਂ ਤਾਂ ਲੈ ਕੇ ਆਉਂਦੇ ਮਾੜਾ ਮੋਟਾ ਸੌਣ ਲਿਆ ਕਰਾਂਗੇ ਹੈ ਨਾ, ਮੱਠਾ ਮੱਠਾ ਖਾਲੀ ਜੇ ਹੋਣੇ ਹੁੰਦੇ ਨਹੀਂ। ਅਤੇ ਪੇਟੀ ਦਾ ਆਪਾਂ ਸਾਈਜ਼ ਦੇ ਕੇ ਆਪਾਂ ਕਰਤੀ ਔਡਰ, ਹੁਣ ਆਪਣੀ ਆ ਜਾਣੀ ਆ ਉਹ ਪੂਰੀ ਤਗੜੀ। ਤੁਸੀਂ ਗੈਸ ਕਰੋ ਵੀ ਆਪਾਂ 4 ਲਾਉਣੀਆਂ ਵੇਸਾਂ ਕਿ 6 ਲਾਉਣੀਆਂ ਨੇ ਦੋਨਾਂ 'ਚੋਂ, ਹੈ ਨਾ ਉਸ ਹਿਸਾਬ ਨਾਲ। ਯੂ ਪੈਪ ਨਹੀਂ ਆਪਾਂ ਨੂੰ ਵੱਡੀ ਕਰਨੀ ਪੈਣੀ, ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦੇਣਾ ਵੀ ਯੂ ਨਹੀਂ ਆਪਾਂ ਵੱਡੀ ਕਰਦੇ, ਯੂ ਆਪਣੀ ਇੰਨੀ ਕੀ ਆ। ਲੈ ਵੀ ਕਹਿੰਦੇ ਸਪੀਕਰਾਂ ਦੇ ਡੱਬੇ ਕਰਤੇ, ਹੁਣ ਬੈਕ ਸਪੀਕਰ ਵੀ ਕਰ ਦੇਣੇ, ਬੈਕ ਕਰਕੇ ਲਾਉਣੇ ਆ, ਬਿਹਤਰ ਲਾਉਣੇ ਆ ਬੈਕ ਕਰਕੇ ਨਿੱਕੇ ਨਿੱਕੇ ਕਰਦੇ। ਲੈ ਵੀ ਗੇੜਾ ਹੀ ਕੱਢਣ ਚਲੇ ਗਏ ਪੱਟੂ, ਹੁਣ ਆਏ ਆ। ਲਾ ਲਓ ਸਾਈਡ ਤੇ ਬੈਕ ਕਰਕੇ, ਹੁਣ ਕੁੱਤਾ ਆ ਗਿਆ, ਕੁੱਤਾ ਉਹ ਕੁੱਤਾ ਵੱਜ ਗਿਆ, ਕੁੱਤਾ ਵੱਜ ਗਿਆ ਹੁਣ। ਲੈ ਵੀ ਕਹਿੰਦੇ ਬੈਲਡਿੰਗ ਸੈਟ ਚੱਕ ਲਿਆ, ਤੇ ਉਧਰਲੇ ਪਾਸੇ ਦਾ ਲਾ ਤੇ ਪੇਚ ਪੱਕੇ ਹੀ, ਬੁਲਾ ਦਿਆਂਗੇ ਟੀ, ਆਹ ਪੇਚ ਲਾ ਤੇ ਪੱਕੇ ਹੀ। ਤੇ ਇੱਧਰ ਮਾੜੀ ਜਿਹੀ ਇੱਕ ਪੱਤੀ ਐਂ ਬੈਲਟ ਕਰਕੇ ਸਪੋਰਟ ਦੇਣੀ ਆ, ਕਿਉਂਕਿ ਐਂ ਹਿੱਲਦਾ ਵਾਈਬ੍ਰੇਟ ਕਰਦਾ। ਉਹ ਉੱਪਰ ਕਸਤੇ, ਉਹ ਦੂਜਾ ਸਪੀਕਰ ਵੀ ਕਸਦੇ, ਨਟ ਕਸ ਫਿਰ ਫਟਾਫਟ ਚੱਲਦੇ ਕਰੀਏ। ਬੇਸ ਪਤਾ ਕਿੰਨੀ ਇਹਨਾਂ ਦੀ, ਮੂਹਰੇ ਨਾ ਆਈ ਇਹਨਾਂ ਦੇ, ਠੀਕ ਆ, ਪਰਨਾ ਖੁੱਲ ਜਾਣਾ। ਹਾਂ ਨਹੀਂ ਇਹ ਵਧੀਆ ਜਾਣੀ ਕਿ ਇਹ ਵੀ ਟਾਈਮ ਸਾਰਦੇ ਆ, ਪੂਰੇ ਘੰਟਾ ਵੱਜਦੇ ਆ, ਚਲਾ ਕੇ ਦੇਖੇ ਸੀਗੇ ਤੇ ਜਦ ਤਿਕਰ ਦਾ ਹੁਣ ਲਵਾਉਣੇ ਹੀ ਪੈਣੇ ਆ ਇਹ। ਲੈ ਵੀ ਕਹਿੰਦੇ ਬੈਲਡਿੰਗ ਕਰਤੀ ਪੱਤੀ, ਪੱਕਾ ਕੰਮ ਹੀ ਕਰਤਾ, ਹੁਣ ਜਿੱਥੇ ਖੋਲਣਾ ਉੱਥੇ ਬੈਲਡਿੰਗ ਪੱਟ ਦਾਂਗੇ। ਤੇ ਹੁਣ ਸਰਪ੍ਰਾਈਜ਼ ਹੀ ਆ, ਇੱਕ ਹੋਰ ਪੇਜ ਹੈ, ਆਹ ਪੇਜ ਮਸਾਂ ਹੀ ਲੱਗਦਾ, ਤੁਸੀਂ ਲਾਉਣੀ ਸੀ ਫਿਰ ਵਧੀਆ ਹੀ। ਹੋਰ ਇਹ ਲੱਗ ਗਿਆ ਪਹਿਲਾਂ 2-3 ਵਾਰ ਲੱਗੀ ਨਾ ਵਾਲਾ ਪੇਜ, ਲੈ ਫੇਰ ਨਹੀਂ ਲੱਗਿਆ, ਕੀ ਚੱਕਰ ਪੈਂਦਾ? ਕਿਲੋ ਗੁਲਾਬ ਜਾਮਣਾ ਕੀ ਕਰਨੀ ਇਹਨੇ, ਲੈ ਵੀ ਲੱਗ ਗਿਆ ਪੇਜ, ਹੁਣ ਨੀ ਹਿੱਲਦਾ ਬਾਈ, ਇੰਨਾ ਮਾੜਾ ਮੋਟਾ ਹਿੱਲੀ ਜਾਣਾ ਤਾਂ ਕੁਛ ਨੀ ਹੁੰਦਾ। ਲੈ ਵੀ ਕਹਿੰਦੇ ਆਪਣੇ ਵਾਲੀ ਆਹ ਬੈਂਡੀ, ਹੁਣ ਉਹ ਦੂਜੇ 475 ਨੂੰ ਲਾਉਣੀ ਆ, ਆਵਾਜ਼ ਚੈੱਕ ਕਰਨੀ ਹੈ ਕਿਹਦੀ, ਹੱਥ ਵਾਲੀ ਰੇਸ ਵੱਧ ਹੈ ਇਹਦੀ, ਹਾਰਡ ਰੇਟਰ ਦੀ ਕਹਿੰਦਾ। ਕੀ ਬਹਿ ਗਈ ਆ ਫੜੇ ਮਾੜਾ, ਕੀ ਚੱਕਰ ਪੈ ਗਿਆ? ਨਹੀਂ ਨਹੀਂ ਆਵਾਜ਼ ਨੀ ਆਉਣੀ, ਬਸ ਐ ਰੱਖ ਦੇ ਵਿੱਚ। ਭਜਾ ਕੇ ਗੇੜਾ ਦੇ ਕੇ ਦੇਖੋ, ਲੈ ਵੀ 475 ਤੇ ਹੁਣ ਆਪਣੇ ਵਾਲੀ ਲਾਤੀ ਬੈਂਡੀ। ਵੀਰਾ ਕਹਿੰਦਾ ਤੂੰ ਆਹ ਲਾ ਕੇ ਦੇਖ, ਪਰ ਆਪਾਂ ਤਾਂ ਕੀ ਲਾਉਣੀ ਆ ਜਿਹੜੀ, ਆਵਾਜ਼ ਚੈੱਕ ਕਰੋ। ਹੋ ਗਿਆ, ਸਲਾਸਰ ਦਾ ਮੂੰਹ ਪਿੱਛੇ ਘੁੰਮ ਗਿਆ, ਸੋਚਣਾ ਮਾਰੀ ਆਪਣੇ ਵਾਲੇ ਵਿਆਹ ਲਾ ਕੇ ਦੇ ਦਿੱਤੇ ਆ, ਫਿਰ ਇਹਦੀ ਆਵਾਜ਼ ਦੇਖਾਂਗੇ ਕਿਹੋ ਜਿਹੀ ਆ। ਮੈਂ ਉਹੀ ਰੱਖ ਦੇ ਵਿੱਚ, ਬਸ ਗੇਅਰ 'ਚ ਤਾਂ ਨਹੀਂ, ਰੇਸ ਕਿਉਂ ਦਈ ਇੰਨਾ ਚਾਹ ਯਾਰ। ਆਹ ਕੀ ਸਾਇਲੈਂਟ ਹੀ ਹੋ ਗਿਆ ਜਮਾ, ਇਹਦੇ ਵਿੱਚ ਅੰਦਰ ਜਾਲੀ ਆ, ਤਾਂ ਕਰਕੇ ਇਹ ਰੀਜਨਲ ਸਲਾਂਸਰ ਆ।
ਤਾਂ ਕਰਕੇ ਨਹੀਂ ਸੀਟੀ ਮਾਰਦਾ ਗਾ। ਆਹ ਦੇਖ ਲਓ ਹੁਣ ਓਰੀਜਨਲ ਲਾਇਆ ਸੀਗਾ। ਲੈ ਵੀ ਮੁੰਡਾ ਅੰਦਰੋਂ ਖਜ਼ਾਨੇ ਜੋ ਪਤਾ ਨਹੀਂ ਆਹ ਸਲਾਂਸਰ ਲਿਆ ਬਿੰਗਾ ਜਿਹਾ, ਲੈ ਲਾ ਕੇ ਦੇਖਦੇ ਇਹਨੂੰ ਵੀ ਲਾ, ਦੇਖੀ ਥੋੜ੍ਹਾ ਸ਼ੋਅ ਤਾਂ ਨਹੀਂ ਲੱਗਦਾ, ਪਹਿਲਾਂ ਦੇਖ ਲਈ। ਕਹਿੰਦੇ ਆਹ ਬਿੰਗਾ ਸਲਾਂਸਰ ਲਾਤਾ, ਹੁਣ ਕਰੀ ਸਟਾਰਟ। ਆਹ ਗਿਆ ਜੀ ਬਾਜਾ, ਆਹ ਬਿੰਗਾ ਸਲਾਂਸਰ ਕਹਿੰਦੇ ਇਹਨਾਂ ਦੇ ਪੀਟਰ ਬੈਲਟ ਦਾ ਵਾ, ਇਹ ਖਾਲੀ ਆ ਵਿੱਚੋਂ ਵਿੱਚ ਤਾਂ ਸੀਟੀ ਮਾਰ ਗਿਆ ਇਹ। ਲੈ ਵੀ ਨਦੀ ਗੇੜਾ ਕੱਢ ਕੇ ਆ ਗਿਆ ਕਹਿੰਦੇ, ਹੁਣ ਇਹਦੇ ਬੋਲਟ ਵਾਲਾ ਸਲਾਂਸਰ ਲਾ ਕੇ ਦੇਖਣਾ ਆਪਣੇ ਵਾਲੇ ਦੇ ਕੀ ਹੋ ਗਿਆ। ਆਈ ਰੱਖ ਲੈ ਨਾਲ ਲਾ ਲਾ, ਬਸ ਉਈ ਨਾਲ ਲਾ ਲਾ ਇਹਦੇ, ਬਸ ਚਲੋ ਕਰ ਸਟਾਰਟ। ਮੈਂ ਰੇਤ ਦਿੰਦਾ ਖੜ ਜਾ, ਬੰਦ ਕਰ ਦੇ ਟਰੈਕਟਰ ਬਾ, ਬਹੁਤ ਆ ਬੋਲਟ ਵਾਲਾ ਸਲਾਂਸਰ ਨਹੀਂ ਕਾਮਯਾਬ। ਨਾ ਨਾ ਹੁਣ ਨਾ ਬੰਦ ਕਰੀ, ਰੁਕ ਜਾ ਬਸ 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 ਕਰ, ਬੰਦ ਨਾ ਕਰੀ ਹੁਣ, ਰੁਕ ਜਾ ਮਾੜਾ ਜਾ। ਲੈ ਵੀ ਅੱਜ ਸਲਾਂਸਰਾਂ ਦੀ ਟੈਸਟਿੰਗ ਹੋ ਰਹੀ ਆ, ਇੱਕ ਸਲਾਂਸਰ ਹੋਰ ਕੱਢ ਲਿਆਂਦਾ ਅੰਦਰੋਂ, ਦੇ ਰੇਸ ਬਈ। ਆਹ ਸਲਾ ਇਹਦੀ ਘੈਂਟ ਸੀ ਨਾ ਆਵਾਜ਼, ਇਹ ਸਲਾਂਸਰ ਬਾਕੀ ਨਾਲੋਂ ਵਧੀਆ ਸੀ। ਹੁਣ ਉੱਧਰ ਕਹਿੰਦੇ ਪੈਪ ਲੱਭ ਰਹੇ ਆ, ਕੋਈ ਹੋਰ ਲਾਉਣੀ ਆ, ਕੀ ਕਰਨਾ ਹੁਣ। ਚੱਲ ਵੀ ਵੱਡਾ ਸਲਾਂਸਰ, ਚੱਲ ਵੀ ਐਡਾ ਸਲਾਂਸਰ ਲਾ ਤਾ ਕਹਿੰਦੇ, ਦੇਖੋ ਸਲਾਂਸਰ ਕਿੱਦਾਂ। ਲੋ ਵੀ ਕਹਿੰਦੇ ਤਾਰਾਂ ਲੈ ਆਉਂਦੀਆਂ ਨਵੀਆਂ, ਤੇ ਹੁਣ ਇਹਦੀ ਵਾਇਰਿੰਗ ਕਰਦੇ ਆ, ਬਾਕੀ ਧੁੰਦ ਚੈੱਕ ਕਰੋ। ਹੁਣੀ ਅੱਧੇ ਘੰਟੇ ਦੇ ਵਿੱਚ ਵਿੱਚ ਆਹ ਹਾਲ ਹੋ ਗਿਆ, ਉਹ ਪਰੇ ਨੂੰ ਵੀ ਨਹੀਂ ਕਹੋਦੀ ਨਾ ਇੱਧਰ ਨੂੰ ਵੀ ਨਹੀਂ ਕਹੋ, ਧੁੰਦ ਵੱਧ ਹੀ ਜਾਂਦੀ ਆ। ਬਾਬਾ ਵਾਇਰਿੰਗ ਕਰਾ ਕੇ ਘਰ ਨੂੰ ਚੱਲਦੇ ਆ ਗਰਾਂ। ਲੈ ਮਿੱਤਰਾ ਵਾਇਰਿੰਗ ਕਰਤੀ ਕਹਿੰਦੇ, ਚੱਲਦਾ ਕਰਤਾ, ਹੁਣ ਬਸ ਟੇਪਾਂ ਟੂਪਾਂ ਲਾ ਕੇ ਤਾਰਾਂ ਜੋੜਨੀਆਂ ਨੇ। ਹਾਂ ਫਿਰ ਤੁਹਾਨੂੰ ਮਿਊਜ਼ਿਕ ਸੈਕਸ਼ਨ ਸੁਣਾਉਣੇ ਨਾ, ਬੇਸ ਦੇਖੀ ਧਮਕ ਅੰਦਰ, ਧਮਕ ਬੇਸ ਕਿਹੜਾ ਸੀ ਉਹ, ਹਾਂ ਧਮਕ ਬੇਸ ਉਹ ਸੁਣਾਉਣੇ ਬਾਅਦ ਚੋ, ਚੰਗੀ ਬੇਸ ਸੁਣਾਵਾਂਗੇ ਜਦੋਂ ਨਵਾਂ ਲੱਗਿਆ। ਹਾਂ ਉਹ ਹੋਊ ਬਸ ਜਦੋਂ ਨਵਾਂ ਲੱਗ ਗਿਆ, ਹਾਲੇ ਤਾਂ ਇਹਦਾ ਚੱਲ ਟਾਈਮ ਸਾਰ ਨੂੰ ਲਵਾਏ ਆ ਵੀ ਵਧੀਆ, ਜਦੋਂ ਜਾਣਾ ਆਉਣਾ ਕਿਤੇ ਮਾੜਾ ਮੋਟਾ ਸੁਣ ਲਿਆ ਚੱਲ ਮੱਠਾ ਮੱਠਾ। ਲੈ ਵੀ ਕਹਿੰਦੇ ਸਿਸਟਮ ਚੱਲਦਾ ਕਰਤਾ ਵੱਡਾ, ਤੇ ਪਰਲਾ ਪਾਸਾ ਚੱਲਿਆ ਹਲੇ ਔਰਲਾ ਰਹਿੰਦਾ ਵਾ, ਮੈਂ ਆਪਦੇ ਅੰਨ ਕਹਿੰਦੇ ਟਕਰਤਾ, ਹੁਣ ਆਪਾਂ ਬਲੌਗ ਚ ਦਿਖਾਵਾਂਗੇ ਚੱਲਦਾ। ਹਲੇ ਇੱਕ ਸਪੀਕਰ ਚੱਲਦਾ ਕਿ ਦੋਨੇ ਚੱਲਦੇ ਕਰਦੇ, ਹੁਣ ਇੱਕ ਚੱਲਦਾ ਹਲੇ, ਚਲਾਈ ਮਾੜਾ ਡਰਾਈਵਰਾ, ਖੜ ਜਾ ਇੱਧਰ ਤਾਰ ਲਾ ਲੈਣ ਦੇ, ਹੁਣ ਦੂਜੇ ਦੀ ਵੀ ਨਾਲ ਹੀ ਦੋਨੇ ਇਕੱਠੇ ਚੱਲਦੇ ਦਿਖਾ ਦੇਣੇ ਆ। ਲੈ ਵੀ ਕਹਿੰਦੇ ਇੱਕ ਸਪੀਕਰ ਚੱਲਦਾ, ਬਾਤ ਤਾਂ ਸੋਹਣੀ ਆ ਆਪਣੇ ਜੋਗੀ। ਲਓ ਵੀ ਹੁਣ ਦੋਨੇ ਚੱਲਦੇ ਨੇ, ਹੁਣ ਇੱਕ ਚੱਲਦਾ। ਲੈ ਵੀ ਕਹਿੰਦੇ ਤਾਰਾਂ ਤੂਰਾਂ ਲਾਤੀਆਂ ਸਾਰੀਆਂ, ਹੁਣ ਇੱਕ ਬ੍ਰੇਕਾਂ ਦਾ ਕੰਮ ਸੀ ਮਾੜਾ ਜਿਹਾ, ਤੇ ਉਹ ਸੈੱਟ ਜਿਹਾ ਕਰਾ ਲਾਂਗੇ ਹੁਣੀ ਅੱਜ। ਹੁਣ ਮੂੰਹ ਘੁਮਾ ਕੇ ਲਾ ਲਈਏ ਟਰੈਕਟਰ ਦਾ, ਡਰਾਈਵਰ ਅੱਜ ਡਰਾਈਵਰ ਬਣਿਆ ਹੋਇਆ ਸੱਚੀ 'ਚ।
ਹੈ ਨਿੰਦੀ ਡਰਾਈਵਰ ਅੱਜ ਡਰਾਈਵਰ ਬਣਿਆ ਹੋਇਆ ਨਹੀਂ ਅੱਗੇ ਨਹੀਂ ਚਲਾਉਂਦਾ ਚਲੋ ਦਾ ਚੱਲ ਚੱਲ ਹੈ ਸਿੱਖ ਗਿਆ ਸਿੱਖ ਗਿਆ ਸਿੱਖ ਗਿਆ ਮਾਰਿਆ ਕੰਧ ਚ ਲਾ ਲਾ ਬੈ ਕਰ ਮਾੜਾ ਹੁਣ ਬੈ ਕਰ ਲਾ ਲੈ ਵੀ ਡਰਾਈਵਰ ਅੱਜ ਸੱਚੀ ਡਰਾਈਵਰ ਬਣ ਗਿਆ ਬਸ ਆਉਣ ਦੇ ਓਏ 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 ਟਾਇਰ ਮਾਰਿਆ ਸੀ ਭਰਾਵਾ ਇੱਧਰ ਕਰ ਚੱਲ 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 ਸਿੱਧਾ ਕਰ ਦੇ ਕਰ ਕਰ ਇੱਧਰ ਦੇ ਨਹੀਂ ਆ ਰਹੇ ਮਾੜਾ ਆ ਲੈ ਵੀ ਕਹਿੰਦੇ ਆਪਾਂ ਲਵਾ ਕੇ ਚੱਲੇ ਹੁਣ ਘਰ ਨੂੰ ਬ੍ਰੇਕ ਦੀ ਵੀ ਸੈਟਿੰਗ ਕਰਾ ਲਈ ਹੁਣ ਇਕੱਠੇ ਲੱਗਦੇ ਆ ਹੁਣ ਚਲਾ ਕੇ ਦਿਖਾ ਦਈਏ ਤੁਹਾਨੂੰ ਇੱਕ ਵਾਰ ਸਟਾਰਟ ਕਰ ਲਈਏ ਬੈਟਰੀਆਂ ਡਾਊਨ ਹੋ ਜੇ ਹੈਨਾ ਉਹ ਦੇਈ ਫੋਨ ਇਹਦਾ ਕਨੈਕਟ ਆ ਲੋ ਵੀ ਕਹਿੰਦੇ ਘਰੇ ਆ ਗਏ ਤੇ ਧੁੰਦ ਬਾਹਲੀ ਜ਼ਿਆਦਾ ਸੀਗੀ ਤੇ ਆਪਣੇ ਆ ਨਿੱਕੇ ਸਪੀਕਰ ਦਾ ਫਿੱਟ ਹੋ ਗਏ ਕੱਲ ਨੂੰ ਦੇਖਦੇ ਆ ਕੀ ਕੰਮ ਕਰਨਾ ਅੱਜ ਲਾਈਏ ਟਰੈਕਟਰ ਘਰੇ ਬਾਕੀ ਅੱਜ ਦਾ ਵਲੋਗ ਵੀ ਐਂਡ ਕਰਦੇ ਮਿੱਤਰੋ ਮਿਲਦਾ ਸਭ ਨੂੰ ਨਵੇਂ ਵਲੋਗ ਦੇ ਵਿੱਚ ਵਲੋਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰ ਦਿਓ।